ਜਿਵੇਂ ਟੁੱਟਿਆ ਅੰਬਰ ਚੋਂ ਤਾਰਾ, ਤੇਰੀ ਸਾਡੀ ਓਂ ਟੁੱਟ ਗਈ ਉਹ ਪੂਰਨਾ, ਗੋਲੀਆਂ ਨੇ ਭੁੰਨ ਸੁੱਟਿਆ ਜੱਟ ਸੂਰਮਾ। ਦੋਸਤੋ, ਜੇਕਰ ਆਪਾਂ ਵਰਿੰਦਰ ਨੂੰ ਪੰਜਾਬੀ ਫਿਲਮਾਂ ਦਾ ਜਨਮਦਾਤਾ ਕਹਿ ਦਈਏ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੋਊਗੀ। ਕਾਰਨ ਇਹ ਕਿ ਵਰਿੰਦਰ ਹੀ ਸੀ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਦੇ ਦਾਇਰੇ ਨੂੰ ਕਾਫ਼ੀ ਵੱਡਾ ਕਰ ਦਿੱਤਾ। ਵਰਿੰਦਰ ਅਜਿਹੇ ਪਹਿਲੇ ਐਕਟਰ, ਡਾਇਰੈਕਟਰ ਅਤੇ ਪ੍ਰੋਡਿਊਸਰ ਸੀ ਜਿਨ੍ਹਾਂ ਨੇ ਕਿਸੇ ਪੰਜਾਬੀ ਫਿਲਮ ਨੂੰ ਲੰਡਨ ਦੇ ਵਿੱਚ ਜਾ ਕੇ ਸ਼ੂਟ ਕੀਤਾ। ਸੋ ਦੋਸਤੋ, ਚਾਹੇ ਆਪਾਂ ਨੂੰ ਅੱਜ ਪੂਰੀ ਤਰ੍ਹਾਂ ਪਤਾ ਕਿ ਜਿਸ ਮੁਕਾਮ 'ਤੇ ਅੱਜ ਪੰਜਾਬੀ ਫਿਲਮਾਂ ਪਹੁੰਚ ਚੁੱਕੀਆਂ ਉਸ ਦੇ ਵਿੱਚ ਵਰਿੰਦਰ ਜੀ ਦਾ ਬਹੁਤ ਵੱਡਾ ਹੱਥ ਆ, ਪਰ ਨਾਲ ਦੀ ਨਾਲ ਸਵਾਲ ਇਹ ਵੀ ਉੱਠਦਾ ਕਿ ਵਰਿੰਦਰ ਜੀ ਨੂੰ ਜਿੰਨਾ ਪੰਜਾਬੀ ਫਿਲਮਾਂ ਨੂੰ ਉੱਚਾ ਚੱਕਣ ਦੇ ਵਿੱਚ ਸਨਮਾਨ ਮਿਲਣਾ ਚਾਹੀਦਾ ਸੀ ਕਿ ਉਹ ਮਿਲ ਪਾਇਆ। ਅਕਸਰ ਆਪਾਂ ਦੇਖਦੇ ਹਾਂ ਕਿ ਅੱਜ ਪੰਜਾਬੀ ਫਿਲਮਾਂ ਦੇ ਬਹੁਤ ਵੱਡੇ ਵੱਡੇ ਈਵੈਂਟ ਹੁੰਦੇ ਆ, ਪਰ ਉਹਨਾਂ ਈਵੈਂਟ ਉੱਪਰ ਕਿੰਨੀ ਕੁ ਵਾਰ ਵਰਿੰਦਰ ਜੀ ਦਾ ਨਾਮ ਲਿਆ ਜਾਂਦਾ? ਇਹ ਇੱਕ ਬਹੁਤ ਵੱਡਾ ਸਵਾਲ ਆ। ਸੋ ਦੋਸਤੋ, ਨਾਲ ਦੀ ਨਾਲ ਆਪਾਂ ਜਾਣਦੇ ਹਾਂ ਕਿ ਵਰਿੰਦਰ ਜੀ ਬਾਲੀਵੁੱਡ ਸੁਪਰਸਟਾਰ ਧਰਮਿੰਦਰ ਜੀ ਦੇ ਕਜ਼ਨ ਆ। ਸੋ ਆਪਾਂ ਸਮਝ ਸਕਦੇ ਹਾਂ ਕਿ ਜੇਕਰ ਵਰਿੰਦਰ ਜੀ ਚਾਹੁੰਦੇ ਤਾਂ ਉਹ ਬਾਲੀਵੁੱਡ ਦੇ ਵਿੱਚ ਜਾ ਸਕਦੇ ਸੀ, ਪਰ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਉਸ ਦੇ ਆਪਾਂ ਕਾਰਨ ਦੀ ਵੀ ਗੱਲ ਕਰਾਂਗੇ ਕਿ ਧਰਮਿੰਦਰ ਜੀ ਨੇ ਕਦੇ ਵਰਿੰਦਰ ਨੂੰ ਇਹ ਔਫਰ ਨਹੀਂ ਦਿੱਤਾ ਹੋਊਗਾ ਕਿ ਤੂੰ ਵੀ ਸਾਡੇ ਕੋਲ ਆ ਕੇ ਬਾਲੀਵੁੱਡ ਦੇ ਵਿੱਚ ਕੰਮ ਕਰ। ਇਸ ਬਾਰੇ ਵੀ ਆਪਾਂ ਪੂਰੀ ਪੂਰੀ ਗੱਲਬਾਤ ਇਸ ਵੀਡੀਓ ਰਾਹੀਂ ਕਰਨ ਵਾਲੇ ਹਾਂ। ਸੋ ਜੇਕਰ ਆਪਾਂ ਵਰਿੰਦਰ ਅਤੇ ਧਰਮਿੰਦਰ ਦੇ ਰਿਲੇਸ਼ਨ ਦੀ ਗੱਲ ਕਰੀਏ ਤਾਂ ਉਹਨਾਂ ਦੇ ਰਿਲੇਸ਼ਨ ਬਹੁਤ ਵਧੀਆ ਸੀ। ਜਿਹੜੀ ਧਰਮਿੰਦਰ ਨੇ ਪੂਰੀ ਪੜ੍ਹਾਈ ਕੀਤੀ ਸੀ ਉਹ ਵਰਿੰਦਰ ਦੇ ਘਰ ਰਹਿ ਕੇ ਹੀ ਕੀਤੀ ਸੀ, ਫਗਵਾੜਾ ਦੇ ਵਿੱਚ। ਸੋ ਦੋਸਤੋ, ਆਪਾਂ ਸਿੱਧਾ ਮੇਨ ਟੌਪਿਕ 'ਤੇ ਆਉਂਦੇ ਹਾਂ ਕਿ ਕੀ ਕਾਰਨ ਸੀ ਕਿ ਵਰਿੰਦਰ ਪੰਜਾਬੀ ਫਿਲਮਾਂ ਨੂੰ ਛੱਡ ਕੇ ਬਾਲੀਵੁੱਡ ਦੇ ਵਿੱਚ ਨਹੀਂ ਗਏ। ਤਾਂ ਦੋਸਤੋ, ਦੱਸ ਦਈਏ ਕਿ ਧਰਮਿੰਦਰ ਅਕਸਰ ਵਰਿੰਦਰ ਨੂੰ ਬਾਲੀਵੁੱਡ ਦੇ ਵਿੱਚ ਆਉਣ ਦੇ ਲਈ ਕਹਿੰਦੇ ਸੀ, ਪਰ ਵਰਿੰਦਰ ਨੇ ਕਦੇ ਵੀ ਉਹਨਾਂ ਦੀ ਇਸ ਗੱਲ ਨੂੰ ਨਹੀਂ ਮੰਨਿਆ ਅਤੇ ਨਾ ਹੀ ਬਾਲੀਵੁੱਡ ਦੇ ਵਿੱਚ ਕੰਮ ਕੀਤਾ। ਵਰਿੰਦਰ ਦਾ ਮੰਨਣਾ ਸੀ ਕਿ ਬਾਲੀਵੁੱਡ ਵਿੱਚ ਹੋਰ ਬਹੁਤ ਐਕਟਰ ਹੈਗੇ ਕੰਮ ਕਰਨ ਦੇ ਲਈ। ਉਹ ਦੌਰ ਪੰਜਾਬੀ ਫਿਲਮਾਂ ਦਾ ਸ਼ੁਰੂਆਤੀ ਦੌਰ ਸੀ। ਸੋ ਵਰਿੰਦਰ ਦਾ ਮੰਨਣਾ ਸੀ ਜੋ ਸਕੂਨ ਉਹਨਾਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਫਿਲਮਾਂ ਬਣਾ ਕੇ ਮਿਲਦਾ, ਉਹ ਸ਼ਾਇਦ ਹਿੰਦੀ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਨਾਲ ਨਾ ਮਿਲੇ। ਉਹਨਾਂ ਦਾ ਮੰਨਣਾ ਸੀ ਕਿ ਉਹਨਾਂ ਨੂੰ ਇਹ ਜ਼ਰੂਰੀ ਨਹੀਂ ਕਿ ਉਹ ਬਾਲੀਵੁੱਡ ਦੇ ਵਿੱਚ ਜਾ ਕੇ ਕੰਮ ਕਰਨ, ਤਾਂ ਹੀ ਉਹਨਾਂ ਦੀ ਰੋਜ਼ੀ ਰੋਟੀ ਚੱਲੂਗੀ। ਲੋਕ ਉਹਨਾਂ ਨੂੰ ਪੰਜਾਬੀ ਫਿਲਮਾਂ ਰਾਹੀਂ ਵੀ ਬਹੁਤ ਪਿਆਰ ਦੇ ਰਹੇ ਆ। ਸੋ ਦੋਸਤੋ, ਆਪਾਂ ਸੋਚੀਏ ਤਾਂ ਇਸ ਨਾਂ 'ਤੇ ਵੀ ਵਰਿੰਦਰ ਜਾ ਸਕਦੇ ਸੀ, ਕਿਉਂਕਿ ਉਸ ਟਾਈਮ ਵਰਿੰਦਰ ਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਭਰੀਆਂ ਚਿੱਠੀਆਂ ਮਿਲਦੀਆਂ ਰਹਿੰਦੀਆਂ ਸੀ ਕਿ ਤੁਸੀਂ ਫਿਲਮਾਂ ਬਣਾਉਣੀਆਂ ਬੰਦ ਕਰ ਦਿਓ, ਜੇਕਰ ਇਹ ਵਰਿੰਦਰ ਇਹ ਸੋਚਦੇ ਕਿ ਮੇਰੀ ਜਾਨ ਨੂੰ ਇੱਥੇ ਖਤਰਾ ਹੋ ਸਕਦਾ ਤਾਂ ਉਹ ਪੰਜਾਬੀ ਫਿਲਮਾਂ ਨੂੰ ਛੱਡ ਕੇ ਬਾਲੀਵੁੱਡ ਦੇ ਵਿੱਚ ਪਹੁੰਚ ਸਕਦੇ ਸੀ, ਪਰ ਉਹਨਾਂ ਨੇ ਪੰਜਾਬੀ ਫਿਲਮਾਂ ਨੂੰ ਅੱਗੇ ਲੈ ਕੇ ਜਾਣਾ ਸੀ। ਇਸ ਕਰਕੇ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਨਾ ਛੱਡਣ ਦਾ ਫੈਸਲਾ ਕੀਤਾ। ਵਰਿੰਦਰ ਦਾ ਬਾਲੀਵੁੱਡ ਨਾ ਜਾਣ ਦਾ ਫੈਸਲਾ ਕਿਤੇ ਨਾ ਕਿਤੇ ਪੰਜਾਬੀ ਫਿਲਮਾਂ ਦੇ ਸੁਨਹਿਰੀ ਭਵਿੱਖ ਦੇ ਲਈ ਤਾਂ ਠੀਕ ਹੋਇਆ, ਪਰ ਵਰਿੰਦਰ ਦੇ ਲਈ ਇਹ ਫੈਸਲਾ ਗਲਤ ਹੋਇਆ, ਕਿਉਂਕਿ 6 ਦਸੰਬਰ 1988 ਨੂੰ ਪੰਜਾਬੀ ਫਿਲਮਾਂ ਦੇ ਮਹਾਨਾਇਕ ਨੂੰ ਜੱਟ ਅਤੇ ਜ਼ਮੀਨ ਫਿਲਮ ਦੀ ਸ਼ੂਟਿੰਗ ਦੇ ਉੱਪਰ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਪਰ ਉਦੋਂ ਤੱਕ ਵਰਿੰਦਰ ਸ਼ਾਇਦ ਪੰਜਾਬੀ ਫਿਲਮਾਂ ਦਾ ਸੁਨਹਿਰਾ ਭਵਿੱਖ ਲਿਖ ਚੁੱਕੇ ਸੀ, ਜਿਨ੍ਹਾਂ ਨੂੰ ਕਿ ਅੱਜ ਆਪਾਂ ਮਾਣ ਰਹੇ ਹਾਂ। ਪੰਜਾਬੀ ਸੁਪਰਸਟਾਰ ਵਰਿੰਦਰ ਨੂੰ ਸ਼ਰਧਾਂਜਲੀ ਦਿੰਦੀਆਂ ਦਿਲਸ਼ਾਦ ਜੀ ਦੀਆਂ ਇਹ ਲਾਈਨਾਂ ਮੈਨੂੰ ਅਕਸਰ ਯਾਦ ਆ ਜਾਂਦੀਆਂ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਲਿਖਿਆ ਸੀ, ਤੂੰ ਤਾਂ ਕਹਿੰਦਾ ਸੀ ਵੀਰ ਨੇ ਸਭ ਮੇਰੇ, ਮੇਰਾ ਕੋਈ ਦੁਸ਼ਮਣ ਨਹੀਂ, ਤਾਰਿਆ ਵੇ ਉਹ ਤੇਰੇ ਕੀ ਲੱਗਦੇ ਜਿਨ੍ਹਾਂ ਤੈਨੂੰ ਮਾਰਿਆ। ਇਹ ਲਾਈਨਾਂ ਜਦੋਂ ਵੀ ਮੈਂ ਸੁਣਦਾ ਮੇਰੀਆਂ ਅੱਖਾਂ ਆਪਣੇ ਆਪ ਭਰ ਆਉਂਦੀਆਂ। ਸੋ ਦੋਸਤੋ, ਆਪਣਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਕਿ ਆਪਾਂ ਨੂੰ ਪੰਜਾਬੀ ਫਿਲਮਾਂ ਦਾ ਸੁਨਹਿਰਾ ਭਵਿੱਖ ਲਿਖਣ ਦੇ ਬਦਲੇ ਵਰਿੰਦਰ ਜੀ ਨੂੰ ਉਹਨਾਂ ਦਾ ਬਣਦਾ ਸਨਮਾਨ ਮਿਲਣਾ ਚਾਹੀਦਾ। ਮੈਂ ਤਾਂ ਇੱਥੋਂ ਤੱਕ ਕਹੂੰਗਾ ਕਿ ਜਦੋਂ ਵੀ ਪੰਜਾਬੀ ਫਿਲਮਾਂ ਦਾ ਕੋਈ ਈਵੈਂਟ ਹੁੰਦਾ ਤਾਂ ਉਸਦੇ ਉੱਪਰ ਵਰਿੰਦਰ ਜੀ ਦਾ ਨਾਮ ਸਭ ਤੋਂ ਪਹਿਲਾਂ ਅਤੇ ਸਨਮਾਨ ਦੇ ਨਾਲ ਲਿਆ ਜਾਣਾ ਚਾਹੀਦਾ, ਕਿਉਂਕਿ ਵਰਿੰਦਰ ਜੀ ਨੇ ਆਪਣੇ 12 ਸਾਲ ਦੇ ਕੈਰੀਅਰ ਦੇ ਵਿੱਚ ਪੰਜਾਬੀਆਂ ਦੀ ਝੋਲੀ 25 ਅਜਿਹੀਆਂ ਫਿਲਮਾਂ ਪਾ ਦਿੱਤੀਆਂ ਜਿਸ ਨੇ ਪੰਜਾਬੀ ਫਿਲਮ ਇੰਡਸਟਰੀ ਦਾ ਇੱਕ ਲੰਬਾ ਅਤੇ ਸੁਨਹਿਰਾ ਭਵਿੱਖ ਪੱਕਾ ਕਰ ਦਿੱਤਾ। ਸੋ ਤੁਸੀਂ ਵਰਿੰਦਰ ਜੀ ਲਈ ਇੱਕ ਲਾਈਕ ਤਾਂ ਕਰਨਾ ਹੀ ਕਰਨਾ, ਕਮੈਂਟ ਦੇ ਵਿੱਚ ਜਾ ਕੇ ਜ਼ਰੂਰ ਲਿਖਣਾ ਪ੍ਰਾਊਡ ਆਫ ਪੰਜਾਬੀ ਸੁਪਰਸਟਾਰ ਵਰਿੰਦਰ। ਇਸ ਦੇ ਨਾਲ ਇਹ ਪਤਾ ਲੱਗੂ ਕਿ ਵਰਿੰਦਰ ਜੀ ਨੂੰ ਚਾਹੁਣ ਵਾਲੇ ਅਜੇ ਵੀ ਕਿੰਨੇ ਕੁ ਲੋਕ ਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਥੈਂਕ ਯੂ ਸੋ ਮੱਚ।